अस्सलामुअलैकुम नाज़रीन, दुबई की मॉर्निंग, आप सबको भी गुड मॉर्निंग। पता नहीं की टाइम होया होना ताडे, तन मैं एक चीज होनी है देखना। ओ गुड मॉर्निंग गाइस, हाय एवरीबॉडी, अल्लाह कैसे हैं आप सब लोग? ठीक है, तौबा तौबा जी। देखने ने मैं कल मीटिंग शो पाकिस्तान की था, आज दुबई। मेरा ऐसा नहीं है, मैं एक शो, मैं मेरा शलजम वीजा जो आया ना, केड़ा शलजम वीजा सर जी? शलजम वीजा, हां जी। वो केड़ा दा? जो दुबई रियासतां नहीं सारी होंदी? हां हां। ओ मेरे नाल एक और पाकिस्तान दे छोटे जे आर्टिस्ट जेड़े आ, वो भी आए आ, जूनियर जूनियर मेरे तो। लेकिन उन्होंने मैं बहुत सताया सफर च, लेकिन असि नाज़रीन मजा आया दुबई आके। मैं इदा लगन दिया कि मैं मिनी पाकिस्तान जेड़ा वो घूम रहा हां। बस कर दे मिनी पाकिस्तान, उन्होंने पता करा मैं किथे आ। ओ डेगे ना उस्ताद जी, वाशरूम च? वाशरूम है बड़ी गल। बाहर नहीं सी आना, मैं आना ही नहीं है जी। अस्तगफिर, एकदम मुंह तो भरया इनी गल सी रात नू मैनू दस दिंदे ना तो मैं ना भी लैणा सीगा। ओ मेरे मौला, शीशा भी गंदा, और तू अपने कले मुंह ते पानी पा, हां तू नाल वाशरूम भी धोई जाना था। ओए अल्लाह माफी। ओ यार वेख यार मिठे, ओए इधर वाशरूम के तो कपड़े धोने की मशीन ला लिया। ओ खुदा दी कसम, तारत करंट टैग मुंह धोंदे ही। वैसे माफी दे दे, इथे जे होर निजाम। ओए ओए, ओ तू ते ऐ जे ओ ततीरियां ही टूटी दा नहीं चला रही तां तू ताटे ओही साहब। हां वे अल्लाह मार, सारा बेड़ा गर्क कर गया। देख इथे पुरा की टाइम है। चाल फूटिया नी बाहर जाया करो यार, थले वाशरूम है गार्डा का। गार्ड का वाशरूम थले उ जाया करो। नहीं भी राती कैसी गंद फट के बिठाओ उ गार्ड ने, जो तेरी हरकत देखिया वा ना। फिर अंदर अच्छा अपनी वालों ना, अपनी वालों मतलब महंगा अमीर टाइप करैक्टर होया। पेंट की फोल्डिंग पता लगन डे भी पाकिस्तान तो आया वा। उधर देख उधर। अच्छा अच्छा, वाह वाह, ओह ओए ओए, ओहो मैं भी कवा इन्ना वजन किदा घट गया।
ਗੋਡੇ ਕਿੱਟਣ ਰੋਂਦੇ ਆ ਸਰ ਜੀ ਬਹੁਤ ਤੰਗ ਕੀਤਾ ਭਾਈ ਫੈਸਲ ਨੇ ਜਾਂਚ ਯਕੀਨ ਮੰਨੋ ਸਰ ਜੀ ਜਿਹੜਾ ਉਸ ਬੰਦੇ ਨੇ ਮੈਨੂੰ ਡਰਾਇਆ ਤਰਾਹ ਕਢਾਏ ਇਹ ਕਿਉਂ ਸਰ ਜੀ ਇਹ ਦੁਬਈ ਦੀਆਂ ਵਰਕਤਾਵਾਂ ਸਾਰੀਆਂ ਉਸਤਾਦ ਜੀ ਬੈਠੇ ਆ ਲੈ ਬੈਠੇ ਜੁਗਤਾਂ ਕਰਨੀਆਂ ਮੈਨੂੰ ਇੰਨੀ ਕੁ ਜੁਗਤ ਕਰਨੀ ਤੇਰੇ ਕੋਲ ਮਾਰਜਨ ਹਮਰਾ ਮੈਂ ਤੈਨੂੰ ਕਹਿ ਕੇ ਆਇਆ ਸੀ ਕਿ ਬੈਠੇ ਮੈਨੂੰ ਜੁਗਤ ਕੀ ਕਰ ਰਿਹਾ ਜੁਗਤ ਕਰਨੀ ਬੱਚੇ ਕਿੱਦਾਂ ਜੰਮੇ ਨੇ ਤਸਵਰ ਜੀ ਸਾਰਾ ਕੁਛ ਚਾਏ ਦਾ ਕੱਪ ਲੈ ਕੇ ਬਾਲਪੁਰ ਜੀ ਵੀ ਤਸਵਰ ਜੀ ਜਾਂਦਾ ਵਾ ਉਹ ਦੇਖੋ ਉਹ ਸਾਹਮਣੇ ਉਹ ਬਣਾ ਹੋਇਆ ਉਹ ਟੈਰਸ ਹੈਗੀ ਉਹ ਦੇਖੋ ਸਾਰਾ ਕੁਛ ਤਸਵਰ ਜੀ ਕਰਦਾ ਵਾ ਜਦੋਂ ਪਿੱਛੋਂ ਕੁੱਤੇ ਦੀ ਆਵਾਜ਼ ਉਹਦੀ ਤਸਵਰ ਟੁੱਟ ਗਿਆ ਹੋ ਗਿਆ ਕੱਪੜੇ ਨਾਲ ਹੀ ਜੁੜ ਗਿਆ ਤੇ ਨਿਸ਼ਾਨ ਪੈ ਗਏ ਕੱਪੜੇ ਦੇ ਸਰ ਜੀ ਬਸ ਸਰ ਜੀ ਘੰਟਾ ਤੇ ਹੋ ਗਿਆ ਲੱਗੇ ਤੁਸੀਂ ਵਾਸ਼ਰੂਮ ਵਿੱਚ ਹੀ ਪਾਇਆ ਨਾ ਬਾਗ ਚ ਹੀ ਪਾਇਆ ਵਾਸ਼ਰੂਮ ਭੁੱਖਾ ਰਜਿਆ ਤੇ ਖੇਲ ਉਡਾਉਣ ਲੱਗੇ ਆ ਠੀਕ ਹੈ ਇਹਨੇ ਭਲਾ ਕੀ ਕੀਤਾ ਕੀ ਅੱਲਾ ਪਾਕ ਮਾਫ ਕਰ ਦੇਵੇ ਕੀ ਉਹ ਜਿਹੜਾ ਨੀ ਉਹ ਦਿੱਤਾ ਠੀਕ ਜ਼ਲੀਲ ਨਾਲ ਮੈਨੂੰ ਵੀ ਕਰਾਇਆ ਠੀਕ ਹੈ ਮੈਂ ਤੁਹਾਨੂੰ ਕਿਹਾ ਸੀ ਉਸਤਾਦ ਜੀ ਇਹਨੂੰ ਲਹਿਦਾ ਭੇਜਣਾ ਮੈਨੂੰ ਲਹਿਦਾ ਆਹੋ ਮੈਂ ਇਹਨੂੰ ਬਹੁਤ ਜ਼ਲੀਲ ਕਰਾਇਆ ਜਦੋਂ ਦੇਖਿਆ ਨਾ ਜ਼ਲੀਲ ਹੋ ਰਿਹਾ ਪੈਰਟ ਨੇ ਕੋਲ ਹੀ ਬੁਲਾ ਲਿਆ ਮੈਂ ਤੁਹਾਨੂੰ ਕੋਈ ਆ ਜਾ ਇਹਨੂੰ ਜ਼ਲੀਲ ਕਰਾਉਣ ਡਿਆ ਐਡਮਾਂ ਕਰਨ ਡਿਆ ਉਹ ਖਿਆ ਹੀ ਹੈ ਨਹੀਂ ਜਦੋਂ ਜਹਾਜ਼ ਉੱਡਿਆ ਉਦੋਂ ਕੋਈ ਮਸਲਾ ਨਹੀਂ ਜਹਾਜ਼ ਉੱਡਿਆ ਨਾ ਉਸਤਾਦ ਜੀ ਮਿੱਠੇ ਆ ਉਦੋਂ ਤਾਂ ਫਿਰ ਹੁੰਦਾ ਉਸਤਾਦ ਜੀ ਉਹਨੂੰ ਮਸਲਾ ਬਣਦਾ ਕੀ ਕਹਿੰਦਾ ਜ਼ਿੰਦਗੀ ਫੈਸਲ ਸਭ ਚੇਂਜ ਕਰ ਦੇਣੀ ਅੱਜ ਤੋਂ ਬਾਅਦ ਮੈਂ ਕਿਹਾ ਯਾਰ ਮਿੱਠੇ ਵੈਰੀ ਗੁੱਡ ਕੁਛ ਤਾਂ ਸੋਚਿਆ ਹੋਣਾ ਤੂੰ ਜ਼ਿੰਦਗੀ ਦੇ ਵਿੱਚ ਕਹਿੰਦਾ ਜਾ ਕੇ ਨਾ ਨਮਾਜ਼ਾਂ ਸ਼ੁਰੂ ਕਰ ਲੈਣੀਆਂ ਮੈਂ ਨਮਾਜ਼ਾਂ ਸ਼ੁਰੂ ਕਰ ਲੈਣੀਆਂ ਮੈਂ ਟਾਈਮ ਦੇਖਿਆ ਮੈਂ ਘੰਟਾ ਪੂਰਾ ਅੱਖਾਂ ਨਹੀਂ ਖੋਲੀਆਂ ਤੇ ਘੰਟਾ ਮੈਂ ਵਿਰਧ ਨਹੀਂ ਛੱਡੇ ਚਲੋ ਇਹ ਤਾਂ ਚੀਜ਼ਾਂ ਨਾ ਇਨਸਾਨ ਦੇਖਦਾ ਅਪ ਡਾਊਨ ਜਿਹੜੇ ਆਉਂਦੇ ਆ ਬੰਦੇ ਨੂੰ ਚੇਂਜਿੰਗ ਮੂਵਮੈਂਟ ਜਿਹੜੀਆਂ ਹੁੰਦੀਆਂ ਭਾਅ ਜੀ ਵੀ ਤੁਹਾਨੂੰ ਉਹ ਦੇਖ ਗਿਆ ਚੀਜ਼ਾਂ ਪੂਰੀਆਂ ਪੂਰੀਆਂ ਜੇ ਤੁਹਾਨੂੰ ਬਾਰੀ ਵਾਲੇ ਪਾਸੇ ਸਾਈਡ ਮਿਲ ਗਈ ਇਹਦਾ ਮਤਲਬ ਇਹ ਤਾਂ ਨੀ ਕਿ ਤੂੰ ਕਿਸੇ ਹੋਰ ਨੂੰ ਦੇਖਣ ਨਹੀਂ ਦੇਣੇ ਨਜ਼ਾਰੇ ਇੱਕ ਤੇ ਗਰਦਨ ਓਡੀ ਆ ਪਿੰਡਾ ਓਡਾ ਉੱਤੋਂ ਮੋਬਾਈਲ ਪੂਰਾ ਬਾਰੀ ਵਾਲੇ ਪਾਸੇ ਏਦਾਂ ਮੋਬਾਈਲ ਵੀ ਓਡਾ ਉਹ ਮੋਬਾਈਲ ਐਸਾ ਵਾ ਬੈਕ ਕੈਮਰਾ ਖੋਲਿਆ ਅੱਗੇ ਸ਼ੀਸ਼ਾ ਵਾ ਜਹਾਜ਼ ਦਾ ਉੱਤੋਂ ਸਾਰੀ ਫਰੰਟ ਦੀ ਬਣੀ ਜਾਣ ਡਈ ਆ ਮੈਂ ਕਹਿੰਦਾ ਤੂੰ ਫਰੰਟ ਕੈਮ ਖੋਲਿਆ ਲੈ ਜਾਂ ਬੈਕ ਕੈਮ ਫਿਰ ਫਰੰਟ ਖੋਲਿਆ ਫਿਰ ਉਹੀ ਹਿਸਾਬ ਮੈਂ ਕਿਹਾ ਤੁਸੀਂ ਸ਼ੀਸ਼ਾ ਅੱਗੇ ਰੱਖਿਆ ਤੁਸੀਂ ਥੋੜਾ ਫਲੱਸ਼ ਖੋਲ ਕੇ ਨਾ ਇੰਜ ਕਰਕੇ ਮਾਰੋ ਉਹ ਮੁੰਡਾ ਮੈਨੂੰ ਕਹੀਏ ਬਾਈ ਮੈਨੇ ਥੋੜੀ ਜਿਹੀ ਬਣਾ ਲਈ ਇਹਦੇ ਨਾਲ ਸਵਾਰੀ ਬੈਠੀ ਵਿਚਾਰੀ ਉਹ ਵੀ ਵਿਚਾਰਾ ਪਿੰਡ ਉਹ ਮੈਨੂੰ ਕਹੀ ਜਾਵੇ ਆਪ ਕਿਤਨੀ ਵਾਰ ਗਏ ਆ ਮੈਂ ਕਹਿੰਦਾ ਮੈਂ ਪਹਿਲੀ ਵਾਰ ਗਿਆ ਯਾਰ ਮੈਨੂੰ ਆਪਣਾ ਢਾਲ ਨਾਲ ਰੱਖਣਾ ਪੈ ਗਿਆ ਕੋਈ ਟੈਨਸ਼ਨ ਨਹੀਂ ਤੂੰ ਆਪ ਇਹ ਕਰੋਗੀ ਅਸੀਂ ਵੀ ਪਹਿਲੀ ਵਾਰੀ ਸਾਲ ਵੀ ਉਹ ਮੁੰਡਾ ਸਾਹਿਬ ਬੜਾ ਮਜ਼ੇਦਾਰ ਸੀ ਉਹਨੂੰ ਮੈਂ ਕਿਹਾ ਤੇਰੇ ਕੰਨਾਂ ਨੂੰ ਕੁਛ ਹੋਇਆ ਕਹਿੰਦਾ ਕੀ ਮੈਂ ਕਿਹਾ ਤੇਰੇ ਕੰਨਾਂ ਨੂੰ ਕੁਛ ਹੋਇਆ ਕਹਿੰਦਾ ਕੀ ਮੈਂ ਕਿਹਾ ਤੇਰੇ ਕੰਨਾਂ ਨੂੰ ਕੁਛ ਹੋਇਆ ਕਹਿੰਦਾ ਨਹੀਂ ਮੈਂ ਕਿਹਾ 30 ਵਾਰੀ ਤਾਂ ਮੈਨੂੰ ਜਵਾਬ ਦੇਣ ਡਿਆ ਵਾ ਹਲੇ ਕੰਨ ਤੇਰੇ ਓਕੇ ਆ ਪੈਕਟ ਸੀਗੇ ਕੋਈ ਲੰਬੇ ਲੰਬੇ ਐਵਰੀਡੇ ਦਾ ਪੈਕਟ ਸੀਗਾ ਇੱਕ ਉਹ ਚਿੱਟੇ ਜੇ ਸਨ ਵਾਈਟ ਜੇ ਕਹੀਦਾ ਚਿੱਟੇ ਕਹੀਦਾ ਸ਼ੂਗਰ ਵਾਲੇ ਚੀਨੀ ਨਾਲ ਸਾਲਟ ਨਾਲ ਕਾਲੀ ਮਿਰਚ ਉਹਨਾਂ ਨਾ ਸਾਰਿਆਂ ਨੂੰ ਤਿੰਨ ਅਸੀਂ ਤਿੰਨ ਜਾਣੇ ਸੀ ਮੈਂ ਮਿੱਠਾ ਤੇ ਉਹ ਮੁੰਡਾ ਹਾਂ ਬਾਕੀ ਜਾ ਖਾਲੀ ਸੀ ਆਹੋ ਮਿੱਠਾ ਮਿੱਠਾ ਉਹ ਕਰੈਕਟਰ ਨੂੰ ਕਹਿੰਦਾ ਜਿਹੜੀ ਸ਼ਾਇਦ ਹੀ ਸਮਝ ਨਾ ਨਾ ਲੱਗੇ ਝੱਡ ਵੀ ਸਹੀ ਭਾਵੇਂ ਹੁਣ ਉਹ ਖੋਲਦੇ ਆ ਬਾਈ ਜੀ ਕੈਸੇ ਖੋਲਣਾ ਮੈਂ ਕਿਹਾ ਚੁੱਪ ਕਰਕੇ ਜਿਹੜੀ ਸ਼ਾਇਦ ਸਮਝ ਨਹੀਂ ਨਾ ਲੱਗਦੀ ਉਹ ਛੱਡ ਦੇ ਜਿਹੜੀ ਖਾਧੀ ਜਾਂਦੀ ਖਾ ਮੈਂ ਕਿਹਾ ਮੈਨੂੰ ਫੋਲੋ ਕਰ
ਮਿੱਠਾ ਮੈਨੂੰ ਕਹਿੰਦਾ ਰਜਾਈ ਅਸੀਂ ਚਾਵਲ ਖਾਧੇ ਨਾਲ ਰਾਇਤਾ ਦਹੀਂ ਸੀ ਬੜਾ ਅੱਛਾ ਯਾਨੀ ਕਿ ਪਿਆਰੇ ਵਾਲਾ ਦਹੀਂ ਕਹਿੰਦਾ ਯਾਰ ਮਿੱਠਾ ਕਹਿੰਦਾ ਯਾਰ ਆਹ ਕੀ ਕਰਨਾ ਮੈਂ ਆਹ ਦੁੱਧ ਐਵਰੀ ਡੇ ਦਾ ਪੈਕਟ ਨਾਲ ਚੀਨੀ ਮੈਂ ਗਿਆ ਬਗੈਰ ਤਾਂ ਤੈਨੂੰ ਪਤਾ ਦਹੀਂ 'ਚ ਪਾ ਖੋਲਿਆ ਦਹੀਂ ਪਾਤਾ ਇੱਧਰੋਂ ਮੈਂ ਵੀ ਦਹੀਂ ਦੇ ਵਿੱਚ ਪਾ ਕੇ ਚੀਨੀ ਦੇ ਨਾਲ ਐਵਰੀ ਡੇ ਅਸੀਂ ਹੱਲ ਕਰਕੇ ਖਾ ਗਏ ਉਸ ਤੋਂ ਬਾਅਦ ਸਾਨੂੰ ਉਹ ਕਾਹਵਾ ਜਿਹਾ ਦੇ ਗਿਆ ਕਹਿੰਦੇ ਜੀ ਵੀ ਲੈ ਮੈਂ ਕਿਹਾ ਕੀ ਕਹਿੰਦਾ ਉਹ ਕਰੈਕਟਰ ਪਿਛਲਾ ਕਹਿੰਦਾ ਕਹਿੰਦਾ ਇਹਦੇ 'ਚ ਉਹ ਜਿਹੜਾ ਪੈਕਟ ਖਾਸੇ ਹੋਣਾ ਜਿਹੜਾ ਪੈਕਟ ਤੁਸੀਂ ਦਹੀਂ ਦੇ ਵਿੱਚ ਪਾਇਆ ਉਹ ਕਾਹਵੇ 'ਚ ਬੋੜ ਦਿਓ ਹੁਣ ਕਾਹਵਾ ਜਾਂ ਇੱਦਾਂ ਪੀ ਲਓ ਜਾਂ ਬੋੜ ਦਿਓ ਮੈਂ ਕਿਹਾ ਅਸੀਂ ਸਰ ਕਾਹਵਾ ਨਹੀਂ ਪੀਤੇ ਹਮ ਚਾਏ ਲੈ ਗਏ ਕਹਿੰਦਾ ਸਰ ਇਹ ਚਾਏ ਹੈ ਇਹ ਕਾਹਵਾ ਦੁੱਧ ਆਪਕੋ ਸਾਸ਼ੇ ਦੇ ਦੀ ਹੈ ਚੀਨੀ ਵੀ ਦੇ ਦੀ ਉਸ ਮੈਂ ਹਲਕੇ ਨੇ ਔਰ ਪੀ ਜੇ ਮੈਂ ਕਿਹਾ ਅਸੀਂ ਤੇ ਉਹਦੇ 'ਚ ਪਾ ਦੇ ਖਾ ਰਿਹਾ ਨਹੀਂ ਜਿਹੜਾ ਝੂਠ ਬੋਲਿਆ ਉਸਤਾਦ ਜੀ ਤੁਸੀਂ ਇਹ ਦੇਖੋ ਉਹਨੂੰ ਉਹਨੂੰ ਪਤਾ ਵੀ ਹੈ ਸਾਰਾ ਕੁਛ ਵੀ ਨਾ ਜਹਾਜ਼ ਦੀਆਂ ਖੁੱਲ੍ਹ ਦੀਆਂ ਬਾਰੀਆਂ ਮੈਨੂੰ ਕਹਿੰਦਾ ਬਾਰੀ ਵਾਲੇ ਪਾਸੇ ਬਿਠਾ ਦੇ ਮੈਨੂੰ ਉਲਟੀ ਆਉਂਦੀ ਆ ਮੇਰਾ ਸਾਹ ਰੁਕਦਾ ਹੁਣ ਮੈਨੂੰ ਸ਼ਾਇਦ ਨਹੀਂ ਉਹਨਾਂ ਨੇ ਕਰਨਾ ਹੁਣ ਹਦਾਇਤਾਂ ਜਿਹੜੀਆਂ ਦੱਸੀਆਂ ਵਾ ਉਹ ਇੱਕੋ ਵਾਰ ਦੱਸਣੀ ਉਹਨੇ ਇੰਜ ਕਰਕੇ ਜੇ ਆਹ ਵੀ ਏਦਾਂ ਬੈਲਟ ਰੋਣਾ ਤਾਂ ਮੁੜ ਕੇ ਫਿਰ ਉਹਨੂੰ ਕਹਿੰਦੇ ਪੰਜ ਮਿੰਟ ਪਾ ਯਾਰ ਮੇਰੀ ਸਮਝ ਨਹੀਂ ਆ ਉਹਨੂੰ ਬੁਲਾ ਕੀ ਕਿਹਾ ਸੀ ਉਸਤਾਦ ਜੀ ਇੱਕ ਤਾਂ ਹੁੰਦਾ ਨਾ ਯਾਨੀ ਕਿ ਹੁਣ ਤੁਹਾਡੀ ਯਾਨੀ ਕਿ ਮੈਂ ਮਿਸਾਲ ਲਾ ਰਹਾ ਕਿ ਤੁਸੀਂ ਜਦੋਂ ਵੀ ਕੋਈ ਗੱਲਬਾਤ ਕਰਨੀ ਹੈ ਨਾ ਸਾਨੂੰ ਸਿਰਫ ਰਿਲੈਕਸ ਕਰਨਾ ਉਹ ਕੋਈ ਮਸਲਾ ਨਹੀਂ ਉਹ ਕੋਈ ਟੈਨਸ਼ਨ ਪ੍ਰੋਬਲਮ ਨਹੀਂ ਹੈਗੀ ਅੱਲਾ ਖੈਰ ਕਰੇਗਾ ਕੋਈ ਟੈਨਸ਼ਨ ਨਹੀਂ ਭਾਜੀ ਰਿਲੈਕਸ ਉਹਨਾਂ ਨੇ ਵੀ ਕੀਤਾ ਵਾ ਉਹ ਜਾ ਕੰਮ ਕਰ ਉਹਨਾਂ ਨੇ ਦੱਸਿਆ ਬਿਲਾ ਫੈਟਾਂ ਹੀ ਦੱਸਦੇ ਰਹੇ ਫੈਟਾਂ ਦੱਸਦੇ ਰਹੇ ਆਪ ਨੇ ਘਬਰਾਣਾ ਨਹੀਂ ਹੈ ਉਹ ਸੀਗਾ ਵੀ ਇਹ ਜੈਕਟ ਪਹਿਨੀ ਹੈ ਇਹ ਐਸੇ ਕਰ ਰਹਾ ਹੈ ਉਹ ਕਰ ਰਹਾ ਹੈ ਉਸ ਤੋਂ ਬਾਅਦ ਕਹਿੰਦਾ ਜਹਾਜ਼ ਦੇਖ ਲਓ ਖੁਦਾ ਦਾ ਖਾਸਤਾ ਕੁਝ ਹੋ ਜੇ ਤਾਂ ਛੇ ਰਸਤੇ ਮੌਜੂਦ ਹੈ ਦੋ ਪਿੱਛੇ ਦੋ ਦਰਮਿਆਨ ਔਰ ਦੋ ਫਰੰਟ ਇਹਨਾਂ ਨੇ ਆਵਾਜ਼ ਮੈਨੂੰ ਤਾਂ ਕਹਿੰਦੇ ਕੋਈ ਰਸਤਾ ਨਜ਼ਰ ਨਹੀਂ ਆਉਂਦੇ ਸਿੱਧਾ ਰਸਤਾ ਕਿਹੜਾ ਕਹਿੰਦੇ ਮੈਂ ਉਹਨਾਂ ਨੇ ਡਰਾਇਆ ਹੀ ਸਾਨੂੰ ਜਾ ਉਹਨਾਂ ਨੇ ਸਾਨੂੰ ਨਹੀਂ ਕਿਹਾ ਕਿ ਯਾਰ ਤੁਸੀਂ ਈਜ਼ੀ ਹੋ ਗਏ ਸਫ਼ਰ ਕਰੋ ਕੋਈ ਟੈਨਸ਼ਨ ਨਹੀਂ ਮਾਸ਼ਾਅੱਲਾ ਜੇ ਮਜ਼ਬੂਤ ਹੈ ਜੇ ਉਹ ਅੱਧਾ ਕੁ ਛਾੜ ਦੇ ਉਹ ਕਰ ਦਿੰਦੇ ਨੇ ਭਾਜੀ ਦੇਖੋ ਨਾ ਮੈਂ ਵੀ ਤਾਂ ਬੈਠਾ ਹੀ ਹਾਂ ਜੇ ਮੈਂ ਹੁਣ ਮੈਂ ਇੰਝ ਵੇਖਣ ਡਿਆ ਵਾਂ ਬਾਰੀ ਵਾਲੇ ਪਾਸੇ ਤਾਂ ਮੈਨੂੰ ਨਜ਼ਰ ਕੁਛ ਨਹੀਂ ਆਉਣ ਡਿਆ ਹਨੇਰਾ ਹੀ ਨੇੜਾ ਥੱਲੇ ਕਹਿੰਦਾ ਥੱਲੇ ਸਮੁੰਦਰ ਆ ਅਤੇ ਮੈਂ ਹੁਣ ਮੇਰਾ ਮੇਰੇ ਇੱਥੇ ਕਿ ਨਾ ਜਾਨ ਜੀ ਅੜੀਸਾਂ ਜੀ ਇੱਥੇ ਕਸਮ ਹੈ ਖੁਦਾ ਦੀ ਮੈਨੂੰ ਇੱਦਾਂ ਲੱਗਿਆ ਯਾਰ ਮੇਰੀ ਰੂਹ ਪ੍ਰਵਾਸ ਕਰ ਰਹੀ ਡਰ ਤੋਂ ਇੰਨੇ ਖੌਫ ਤੋਂ ਜਿਹਦਾ ਇੰਨੇ ਕਰਕੇ ਜਹਾਜ਼ ਚੜਿਆ ਵਾ ਅਤੇ ਮੈਂ ਹੁਣ ਘੰਟੇ ਬਾਅਦ ਵੀ ਮੂਵੀ ਲਾਉਣ ਦੀ ਕੋਸ਼ਿਸ਼ ਕੀਤੀ ਹੈਂਡ ਬ੍ਰਿੰਗ ਲਾ ਕੇ ਮੂਵੀ ਉਹ ਮੂਵੀ ਮੈਨੂੰ ਕਾਰਟੂਨ ਟਾਈਪ ਲੱਗੇ ਗੁੱਸਾ ਚੜੇ ਹਰਕਤਾਂ ਮੁੰਡੇ ਮੈਂ ਬੰਦ ਕਰਕੇ ਨਾ ਇੱਦਾਂ ਪੈ ਗਿਆ ਇਹ ਮਾੜਾ ਜਿਹਾ ਮੈਂ ਮਾੜਾ ਜਿਹਾ ਇੰਜ ਕੀਤਾ ਵਾ ਉਹ ਨਾਲ ਲੱਗਦਾ ਬਾਈ ਜੀ ਇਹ ਕਿੰਨਾ ਰਹਿ ਗਿਆ ਤਿਆਰਾ ਪੁੱਠਾ ਹੋ ਗਿਆ ਮੈਨੂੰ ਨਾਲ ਮਿੱਠੇ ਉੱਠੇ ਆ ਥੱਲੇ ਵੇ ਹਲੇ ਇੱਕ ਲੈਟ ਬਣ ਰਹੀ ਥੱਲੇ ਉਹ ਥੱਲੇ ਬੋਟਾਂ ਖੜੀਆਂ ਹੀ ਥੱਲੇ ਉਹ ਪਤਾ ਨੀ ਕਿਹੜੇ ਜਹਾਜ਼ ਖੜੇ ਮੈਂ ਕਿਹਾ ਯਾਰ ਉੱਪਰ ਵਾਲੇ ਦੀ ਫਿਕਰ ਕਰ ਜੀ ਤੂੰ ਬੈਠਾ ਤੂੰ ਹੁਣ ਉਹਨਾਂ ਨਾਲ ਦਾ ਜਿਹੜਾ ਕਰੈਕਟਰ ਉਹ ਸਤਾ ਜੀ ਉਹਦਾ ਵੀ ਪਹਿਲਾ ਸਫ਼ਰ ਸਾਡਾ ਕੀਤਾ ਗਿਆ ਉਹ ਮੈਨੂੰ ਕਹਿੰਦਾ ਬਾਈ ਕਿੰਨਾ ਕੁ ਰਹਿ ਗਿਆ ਮੈਂ ਮੋਬਾਇਲ ਦੀ ਘੜੀ ਕਿਹਾ ਮੈਂ 45 ਮਿੰਟ ਤੱਕ ਅਸੀਂ ਲੈਂਡ ਕਰ ਜਾਵਾਂਗੇ ਠੀਕ ਹੈ ਅਤੇ 2.5 ਘੰਟੇ ਫਿਰ ਵੀ ਲੱਗ ਗਏ ਕਹਿੰਦਾ ਤੂੰ ਤਾਂ 45 ਮਿੰਟ ਕਹਿ ਡਿਆ ਸੀ ਮੈਂ ਕਿਹਾ ਭਾਈ ਉਹ ਉਹਨਾਂ ਦੀ ਉਹਨੇ ਕਿਤੇ ਮੋਜ਼ਸ ਸਾਮੇਨ ਪੀ ਆਈਏ ਹਮ ਥੋੜ੍ਹੀ ਦੇਰ ਮੈਂ ਤਕਰੀਬਨ 15-20 ਮਿੰਟਾਂ 'ਚ ਅਸੀਂ ਦੁਬਈ ਲੈਂਡ ਕਰ ਜਾਵਾਂਗੇ ਉਹ ਜਿਹੜਾ ਵਿੱਚ ਆਉਂਦਾ ਨਾ ਪਾਣੀ ਦੇਣ ਵਾਲਾ ਮੈਂ ਕਿਹਾ ਲੈ ਲਿਆ ਸਫ਼ਰ ਮੈਂ ਕਿਹਾ ਸ਼ੁਕਰ ਵਾਲਾ ਮੁੱਕ ਗਿਆ ਨਹੀਂ ਕਹਿੰਦਾ ਬਈ ਆ ਵੀ ਘੰਟਾ ਪੜਾ ਹੈ ਮੈਂ ਕਿਹਾ ਲੱਖ ਲਾਣਾ ਤੇਰੇ 'ਤੇ ਉਹ 15 ਮਿੰਟ ਕਹਿਣ ਡਈ ਆ ਤੂੰ ਘੰਟਾ ਕਹੀ ਜਾਣ ਡਿਆ ਪਿਛਲੀਆਂ ਸੀਟਾਂ ਦੇ ਨਾ ਇੱਕ ਬੱਚੀ ਆ ਉਸਤਾਦ ਜੀ ਹੁਣ ਉਹਦੇ ਕੋਲ ਚੋਕਲੇਟ ਫੜੀ ਆ ਇੰਨੀ ਤੇ ਬੱਚੀ ਮਾਸ਼ਾਅੱਲਾ ਬੜੀ ਕਿਊਟ ਹੈ ਬੜੀ ਖੂਬਸੂਰਤ ਭਾਏ ਨੂੰ ਉੱਧਰ ਹੀ ਦੇਖੀ ਜਾਣ ਡਏ ਆ ਤੇ ਚਾਕਲੇਟ ਪਤਾ ਮੈਂ ਦੱਸਦਾ ਮੈਨੂੰ ਵਾਕਿਆ ਚਾਕਲੇਟ ਦੱਸਦਾ 2-2.5 ਹਜ਼ਾਰ ਵਾਲੀ ਚਾਕਲੇਟ ਆ ਕਿ ਮਤਲਬ ਕਿ ਪੂਰਾ ਆਸ਼ੀਆਨਾ ਬਣ ਸਕਦਾ ਉਹਨੂੰ ਚਾਕਲੇਟ ਵੇਚ ਕੇ ਹੁਣ ਬੱਚੀ ਕੋਲ ਚੋਕਲੇਟ ਲੈਣ ਦਾ ਬਹਾਨਾ ਕਿੱਡਾ ਅੱਛਾ ਵਾ ਇਹ ਦੇਖੀ ਜਾ ਰਹੀ ਅੱਖਾਂ ਭਰ ਆਈਆਂ ਐ ਉਹ ਜਿੱਦਾਂ ਕਰ ਐ ਕਰਕੇ ਨਾ ਬੱਚੀ ਕੋਲ ਲਿਆ ਦੀ ਬੱਚੀ ਕੋਲ ਲਿਆ ਕੇ ਝੂਠਦੀ ਵੀ ਇੰਤਹਾ ਹੁੰਦੀ ਤੋਬਾ ਕਹਿੰਦੇ ਮੇਰੇ ਘਰ ਔਲਾਦ ਨਹੀਂ ਹੈਗੀ ਦੁਆ ਕਰੇ ਅੱਲਾ ਮੈਨੂੰ ਬੱਚੀ ਬੱਚਾ ਦੇਵੇ ਤੇ ਚੋਕਲੇਟ ਐ ਕਰਕੇ ਫਿਰ ਉਹ ਸਾਰੇ ਰੋ ਪਏ ਯਾਰ ਅੱਲਾ ਆਪਕੋ ਵੀ ਦੇ ਅੱਲਾ ਵੀ ਕੀ ਪਤਾ ਪਿੱਛੇ ਪੂਰਾ ਗੁੱਛਾ ਛੱਡ ਕੇ ਆਏ ਪੂਰਾ ਪਿੱਛੇ ਚੋਰ ਜਿਹਾ ਬਣਿਆ ਹੁੰਦਾ ਹੱਥ ਨਹੀਂ ਕੁੱਤਾ ਵੀ ਥੱਲੇ ਲਾਇਆ ਸਭ ਤੋਂ ਮੇਨ ਤੇ ਉਹਨੇ ਉਸਤਾਦ ਜੀ ਜਿਹੜਾ ਸਾਨੂੰ ਪਰੇਸ਼ਾਨ ਕੀਤਾ ਮੇਰੀ ਵੀ ਅੱਖ ਲੱਗੀ ਹੋਈ ਮਿੱਠੇ ਦੀ ਅੱਖ ਮੈਂ ਉਹਦੀ ਆਵਾਜ਼ 2-2 ਮਿੰਟ ਬਾਅਦ ਪਈ ਖਾਤੀ ਨਹੀਂ ਹੋ ਤੂੰ ਚੋਕਲੇਟ ਫੜਾਈ ਹੋਈ ਮੈਂ ਅੱਜ ਕਰਕੇ 2 ਵਾਰੀ ਜਿਹੜਾ ਵੇਖਿਆ ਘੂਰੀ ਪਾ ਕੇ ਮੇਰੇ ਕੰਨਾਂ 'ਚ ਆਵਾਜ਼ ਵੱਜੇ ਉਹਦੀ
ਅੱਗੋਂ ਸਾਡੇ ਕੰਨ ਸਾਂਸਾਂ ਕਰਨ ਡੇ ਨੇ ਉਧਰੋਂ ਉਹਦੀ ਆਵਾਜ਼ ਵੱਜਣ ਡਈ ਹੈ ਖਾਧ ਨਹੀਂ ਤੂੰ ਮੈਂ ਕਿਹਾ ਅੱਛਾ ਮੈਂ ਹਿਸਾਬ ਕਿਤਾਬ ਨੇ ਬੇਟੀ ਨੂੰ ਬੁਲਾਇਆ ਉਧਰ ਬੇਟਾ ਖਾ ਲਓ ਇੱਧਰ ਆਓ ਉਹ ਮੇਰੇ ਕੋਲ ਆਈ ਤੇ ਮੈਂ ਝਪਟਾ ਮਾਰਿਆ ਨਹੀਂ ਖਾ ਲਿਆ ਤੇ ਅੱਗੋਂ ਨਾ ਉਹਦੀ ਬਾਪ ਕਹਿੰਦੀ ਖਾ ਲਈ ਸ਼ਾਬਾਸ਼ ਝਾੜੂ ਨੀ ਮਾਰਿਆ ਕੁਰਸੀ ਕਿੱਦਾਂ ਖੁੱਲਣੀ ਆ ਉਹ ਕੁਸ਼ਨ ਜਿਹਾ ਨੀ ਮਿਲਦਾ ਗੱਦਾ ਉਹ ਕੁਸ਼ਨ ਛੋਟਾ ਅੱਗੇ ਰੱਖਿਆ ਵਾ ਭਾਏ ਨੇ ਪੂਰਾ ਆਪਣੇ ਲੋ ਨਾ ਜਿਵੇਂ ਅਲਾਮਾ ਤੇ ਮਾਈਕਲ ਜੈਕਸਨ ਐ ਬੈਠੇ ਆ ਤੇ ਐਕੂਲੀ ਤੇ ਸਰਾਣਾ ਪਿਛਲੇ ਅੰਗੋ ਕਿਉਂ ਮੈਂ ਕਿਹਾ ਕਿੱਦਾਂ ਚਲਾ ਗਿਆ ਮੈਨੂੰ ਪਤਾ ਹੀ ਨੀ ਵੀ ਸਰਾਣਾ ਪਿਛਲੇ ਕਿੱਦਾਂ ਲੈ ਗਏ ਉਸਤਾਦ ਜੀ ਸਾਨੂੰ ਨਹੀਂ ਪਤਾ ਲੱਗਾ ਸਰਾਣਾ ਕਿਸ ਤਰ੍ਹਾਂ ਤੁਸੀਂ ਇਹ ਜਹਾਜ਼ ਵਾਲੀਆਂ ਗੱਲਾਂ ਤਾਂ ਨਹੀਂ ਹੈਗੀ ਵਲੀਮੇ ਦੀ ਰੋਟੀ ਨੀ ਹੈ ਵੀ ਹਰ ਛੇ ਕੇ ਰੱਖੀ ਜਾਣੀ ਰੁਪਇਆ ਦਿੱਤਾ ਤੂੰ 70,000 ਤੇ ਤਿਆਰਾ ਮੈਂ ਕਿਹਾ ਦੇਖ ਕਿਹੜਾ ਲੈ ਯੂਜ਼ ਕੀਤਾ ਤੂੰ ਸ਼ੁਕਰ ਕਰ ਤੂੰ ਲੱਭ ਗਈ ਆ ਇਹੀ ਹਜ਼ਮ ਕਰ ਲੈ ਮੈਂ ਕਿਹਾ ਯਾਰ ਬਸ ਜਿੱਥੇ ਰਾਤੀ ਸੀ ਲੈ ਕੇ ਸਾਜੀ ਇੱਕ ਗੱਲ ਠਹਿਰ ਜਾ ਯਾਰ ਮਿੱਠੇ ਮੈਂ ਪਹਿਲੇ ਦੱਸ ਮੈਂ ਰਾਤੀ ਗੁਰਬਤ ਬਹੁਤ ਸੀਗੀ ਮੈਂ ਸਵੇਰੇ 5 ਵਜੇ ਉੱਠਿਆ ਤੇਰਾ ਕੰਬਲ ਨਾ ਸਿਰਫ ਇੱਕੋ ਜਗ੍ਹਾ ਤੋਂ ਹਿੱਲ ਰਿਹਾ ਸੀ ਇੱਥੋਂ ਜਿੰਨੀ ਕੁ ਤੂੰ ਘਬਰਾਇਆ ਸੀ ਨਾ ਤੂੰ ਤੇਰਾ ਸਿਰਫ ਦਿਲ ਉੱਤੇ ਥੱਲੇ ਹੋ ਰਿਹਾ ਸੀ ਇਸ ਤੋਂ ਉੱਠ ਕੇ ਨਾ ਛੇਤੀ ਕਰ ਘਬਰਾਹਟ ਸਾਰੀ ਮੁੱਕ ਗਈ ਹੈ ਦੁੱਖ ਦੂਰ ਹੋ ਗਿਆ ਮੈਂ ਸਮੁੰਦਰ ਤੇ ਨਹੀਂ ਜਾਣਾ ਹੈਗਾ ਕਿੱਥੇ ਸਮੁੰਦਰ ਤੇ ਇਹਦੇ ਜ਼ਿਹਨ ਚ ਵੀ ਉਹ ਬੰਦਾ ਨੇ ਇੱਥੇ ਬੁਲਾ ਲਵਾ ਉਹਨੂੰ ਕਹਾਂ ਇੱਥੋਂ ਟੈਕਸੀ ਕਰਾ ਕੇ ਆ ਜਾ ਸਮੁੰਦਰ ਵੱਡਾ ਵਾ ਤੇ ਛੋਟੇ ਛੋਟੇ ਨਹਿਰਾਂ ਨੂੰ ਤਲਕ ਆ ਉਹਨੇ ਫੋਨ ਕਰਨਾ ਵੀ ਰਾਮੇ ਸਾਹਿਬ ਨੂੰ ਲਿਆ ਸਮੁੰਦਰ ਤੂੰ ਜਾਣਾ ਕਿਉਂ ਨਹੀਂ ਗਿੱਲਾ ਹੋਇਆ ਸਾਜੀ ਮੈਨੂੰ ਤੈਰਨਾ ਨਹੀਂ ਆਉਂਦਾ ਉੱਚੀ ਬੋਲ ਥੋੜਾ ਕੀ ਉਸਤਾਦ ਜੀ ਮੈਨੂੰ ਤੈਰਨਾ ਨਹੀਂ ਆਉਂਦਾ ਮਿੱਠਾ ਤੈਰਾਕੀ ਕਹਿੰਦੇ ਆ ਕਿ ਮੈਂ ਇੰਨਾ ਸੋਹਣਾ ਤੈਰਦਾ ਵਾ ਮੈਨੂੰ ਕਿਹੜਾ ਆਉਂਦਾ ਵਾ ਮੈਂ ਅੱਜ ਤੱਕ ਨਹਿਰ ਚ ਨਹੀਂ ਨਹਾਤਾ ਉਸਤਾਦ ਜੀ ਤੇ ਤੈਰਨਾ ਨਹੀਂ ਹੁੰਦਾ ਤੇ ਸਮੁੰਦਰ ਡੂੰਘਾ ਨਹੀਂ ਹੁੰਦਾ ਉਸਤਾਦ ਜੀ ਜਿਹੜਾ ਤੁਸੀਂ 2-3 ਯਾਨੀ ਕਿ ਜਿਹੜੀ ਜਿੱਥੇ ਤੁਸੀਂ ਸਮੁੰਦਰ ਤੇ ਫਿਰਨਾ ਨਾ ਉਹ ਡੂੰਘਾ ਨਹੀਂ ਹੁੰਦਾ ਤੈਰਨਾ ਉੱਥੇ ਹੁੰਦਾ ਵਾ ਜਿੱਥੇ ਇਕਦਮ ਗਹਿਰਾਈ ਚ ਜਿਵੇਂ ਮਤਲਬ ਕੋਈ ਪੂਲ ਆ ਜਾਂ ਨਹਿਰ ਆ ਉਸਤਾਦ ਜੀ ਉਹ ਦੂਸਰੀ ਜਿਹੜਾ ਤੁਸੀਂ ਪੈਰਾਸਿਟਾ ਉਹ ਜਿਹੜਾ ਪੈਰਾਸਿਟਾਮੋਲ ਸੀ ਨਾ ਉਹ ਉੱਪਰ ਜਿਹੜਾ ਕੀ ਸੀਗਾ ਪੈਰਾਗਲਾਈਡ ਸਮੁੰਦਰ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਜਾਣਾ ਉਹ ਵੀ ਨੀ ਜਾਣਾ ਸਮੁੰਦਰ ਤੇ ਵੀ ਨੀ ਜਾਣਾ ਉਸਤਾਦ ਜੀ ਨਾਮ ਯਾਦ ਕੀਤੇ ਆ ਪੈਰਾਗਲਾਈਡ ਨੀ ਜਾਣਾ ਸਮੁੰਦਰ ਤੇ ਨੀ ਜਾਣਾ ਲੋਨ ਲੈ ਕੇ ਮਹਿਮਾਨ ਨੂੰ ਗੋਸ਼ਤ ਪਕਾ ਕੇ ਦਿੱਤਾ ਇਹਨਾਂ ਨੇ ਬੈਂਕ ਕੋਲ ਲੋਨ ਇਸ ਵਾਸਤੇ ਲੈ ਕੇ ਗੋਸ਼ਤ ਪਕਾਉਣਾ ਦੱਸ ਯਾਰ ਵੀ ਪੈਰਾਗਲਾਈਡ ਜੀ ਨੂੰ ਉੱਥੇ ਜਿੱਥੇ ਲੈ ਕੇ ਜਾਂਦੇ ਸ਼ੁਕਰ ਕਰਕੇ ਜਾਈਦਾ ਨਹੀਂ ਮਿੱਠੇ ਮੈਨੂੰ ਜਿਹੜੀ ਯਾਰ ਤੂੰ ਇੱਦਾਂ ਕਰਨਾ ਇਹਨੂੰ ਐਸਨ ਦੇ ਨਾਲ ਭੇਜ ਦਿੰਦੇ ਤੂੰ ਮਿੱਠੇ ਮੇਰੇ ਨਾਲ ਚੱਲ ਸਮੁੰਦਰ ਤੇ ਇੱਧਰ ਤੇਰੇ ਮੈਂ ਦੁਨੀਆਂ ਦਾ ਹਾਲ ਚੱਲੀਏ ਇਹਨੂੰ ਭੇਜ ਦਿੰਦੇ ਇੱਥੇ ਨਾ ਅਸ਼ਾਰਜਾ ਇੱਥੇ ਜਿਹੜਾ ਅਸ਼ਾਰਜਾ ਨਾ ਉਹ ਬਿਲਕੁਲ ਫੈਸਲਾਬਾਦ ਵਾਂਗੂ ਟੁੱਟੀਆਂ ਸੜਕਾਂ ਉਹੀ ਪਠਾਨ ਫਿਰ ਰਹੇ ਨੇ ਮਤਲਬ ਸਾਰਾ ਉਹ ਨਿਜ਼ਾਮ ਉਦਾਂ ਦਾ ਹਾਂ ਸਾਈਕਲਾਂ ਦੇ ਲੋਕੀ ਫਿਰ ਰਹੇ ਨੇ ਰੋਡ ਵੀ ਟੁੱਟੇ ਨੇ ਦੁਕਾਨਾਂ ਵੀ ਜਿੱਦਾਂ ਮਹੱਲੇ ਦੀਆਂ ਹੁੰਦੀਆਂ ਇੱਦਾਂ ਦੀਆਂ ਉੱਥੇ ਜਾ ਇੱਥੋਂ 10 ਕੁ ਪਰਫਿਊਮ ਦਿਓ ਨਾ ਹੱਥਾਂ 'ਚ ਫਸਾ ਕੇ ਉੱਥੇ ਸ਼ਾਰਜਾ ਜਾ ਕੇ ਵੇਚੇ 100-100 ਰੁਪਏ 100-100 ਰੁਪਏ ਪਠਾਨ ਬਣ ਜੀ ਮੁੱਛਾਂ ਲੈ ਕੇ ਆਏ ਨਾਲ ਤੁਹਾਡੇ ਭਾਅ ਦਾ ਟਕੇ ਦਾ ਵੀ ਨਹੀਂ ਜੋ ਰਾਂਦੇ ਸਨ ਕਰ ਲਿਆ ਮਗਰ ਅਗਲੇ ਨੇ ਪਤਾ ਕਿਸ ਹਿਸਾਬ ਨਾਲ ਲਿਆਉਂਦੇ ਕਿੱਥੋਂ ਕਿੱਥੋਂ ਲਿਆਉਂਦੇ ਨਿਸ਼ਾਨੀਆਂ ਆਉਂਦੀਆਂ ਵੀ ਇਹ ਰੱਖੀ ਤੇਰੇ ਘਰ ਪਰਫਿਊਮ ਕਿੱਥੋਂ ਅਗਰਬੱਤੀ ਲਾ ਕੇ ਸਾਰਾ ਪੂਰਾ ਟੱਬਰ ਤੁਸੀਂ ਮਸਤ ਹੋਇਆ ਹੈ ਯਾ ਦਿਖਾਇਆ ਨਹੀਂ ਤੈਨੂੰ ਪਰਫਿਊਮ ਕਿਹੜਾ ਉਹ ਜਿਹੜਾ ਉਹ ਨੀਲੇ ਢੱਕਣ ਵਾਲਾ ਉਹ ਤੂੰ ਉੱਪਰ ਆਇਆ ਵਾ ਗੌਸੀ ਯਾਤਰਾ ਵਾਲਿਆਂ ਤੋਂ ਸ਼ਹਿਰੋਂ ਤੂੰ ਉੱਪਰ ਆਇਆ ਵਾ ਉਹਨੂੰ ਸਾਰਾ ਪਤਾ ਗੌਸੀ ਯਾਤਰਾ ਵਾਲਿਆਂ ਨੂੰ ਸਾਰਾ ਪਤਾ ਉਹਨੇ ਸ਼ਹਿਰ ਨਹੀਂ ਭਰਦੇ ਝੰਗ ਬਾਜ਼ਾਰ ਇਹ ਤੇ ਉਹ ਵਾ ਜਿਹੜਾ 100 ਤੇ 4 ਵੀ ਇੱਕ ਲਾਲ ਲੈ ਰੰਗ ਲੈਣਾ ਵਾ ਵੀ ਅਤਰ ਵੀ ਲਾਲ ਰੰਗ ਦਾ ਲੈਣਾ ਤੇ ਪਰਫਿਊਮ ਵੀ ਲਾਲ ਰੰਗ ਦਾ ਵੀ ਟੌਰ ਨਿਕਲ ਆਊਗੀ ਤੁਹਾਡੇ ਘਰੋਂ ਪ੍ਰਾਹੁਣਾ ਲਾ ਲਵੇ ਪਰਫਿਊਮ ਡਰਦਾ ਵਾਪਸ ਆਪਣੇ ਘਰ ਨਹੀਂ ਜਾਂਦਾ ਮਹੀਨਾ ਬਾਅਦ ਜਾਂਦਾ ਵੀ ਯਾਰ ਕਸ਼ਮੋਸ ਡੋਂਗਲੀ ਲੜਨਗੇ ਮੇਰੇ ਨਾਲ ਚਲੋ ਉੱਠੋ ਖੈਰ ਹੋਵੇ ਤਿਆਰ ਹੋਵੇ ਇਸੇ ਸ਼ਰਟ ਦੇ ਵਿੱਚ ਇਸੇ ਕੱਪੜਿਆਂ ਦੇ ਵਿੱਚ ਚਲੋ ਚਲੋ ਯਾਰ ਫੈਸਲਾ ਸਰਦਾਰ ਜੀ ਥੋੜਾ ਟਾਈਮ ਲੱਗ ਜਾਣਾ ਮੈਨੂੰ ਕਿੰਨੇ ਕੀ ਕਰਨਾ ਤੂੰ ਸਰਦਾਰ ਜੀ ਮੈਂ ਟਾਈਮ ਦੇ ਨਾਲ ਨਹਾਣਾ ਨਾ ਹੁਣ ਮੈਂ ਉਹ ਸ਼ੁਰੂ ਕੀਤੀ ਹੋਈ ਅੰਦਰ ਟੱਬ ਆ ਇਹ
बाहरो काली ट्यूब का ना शरोशना पेंचर लगा टूटा टप प्लास्टिक का चलो यार चलो ओके चलो नहाइए उठो यार ओके नहाइए।